ਫਗਵਾੜਾ ਦੇ ਸ਼ੂਗਰ ਮਿਲ ਪੁਲ 'ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਓਵਰਟੇਕ ਕਰਦੇ ਸਮੇਂ ਦੋ ਕਾਰਾਂ ਇੱਕ ਦੂਸਰੇ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਜਦਕਿ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ। ਇਸ ਸੰਬੰਧੀ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਆ ਬੱਚੀ ਨੂੰ ਸਕੂਲ ਤੋਂ ਲੈ ਕੇ ਸਿਵਲ ਹਸਪਤਾਲ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਸ਼ੂਗਰ ਮਿਲ ਪੁਲ 'ਤੇ ਤੇਜ਼ ਰਫ਼ਤਾਰ ਕਾਰ ਨੇ ਓਵਰਟੇਕ ਕਰਨ ਦੇ ਚੱਕਰ 'ਚ ਉਹਨਾਂ ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ। ਭੁਪਿੰਦਰ ਸਿੰਘ ਆ ਭਾਈ, ਕਿੱਥੋਂ ਕਿੱਥੇ ਜਾ ਰਹੇ ਸੀ? ਅਸੀਂ ਆਪਣੀ ਕੁੜੀ ਦੇ ਸਕੂਲ ਤੋਂ ਆ ਰਹੇ ਸੀਗੇ। ਕਿੱਥੇ ਜਾ ਰਹੇ ਸੀ? ਜਾ ਰਹੇ ਸੀਗੇ ਸਿਵਲ ਹਸਪੀਟਲ। ਅੱਛਾ, ਕੀ ਮਾਮਲਾ? ਕੀ ਰਿਸ਼ਤੇਦਾਰੀ 'ਚ ਕੁੜੀ ਆ, ਉਹਨਾਂ ਦਾ ਬੇਟਾ ਹੋਇਆ ਸੀ, ਉੱਥੇ ਮਿਲਣ ਜਾ ਰਹੇ ਸੀਗੇ। ਹਾਂਜੀ, ਅਸੀਂ ਇੱਥੋਂ ਆਪਣੀ ਸਾਈਡ ਤੋਂ ਯਾਰ ਓਵਰਟੇਕ ਕੀਤਾ ਭਾਈ, ਬੜੀ ਸਪੀਡ ਦੇ ਨਾਲ, ਇੰਨੀ ਸਪੀਡ ਦੇ ਨਾਲ ਇਹਨੇ ਓਵਰਟੇਕ ਕੀਤਾ, ਗੱਡੀ ਅਗਲੇ ਫਰੰਟ ਟਾਇਰ ਤਾਂ ਲੱਗੇ, ਗੱਡੀ ਉਹਨਾਂ ਦੀ ਘੁੰਮ ਗਈ ਹੈ ਪੂਰੀ। ਅਗਰ ਉਲਟਾ ਉਹ ਸਾਨੂੰ ਕਹਿ ਰਹੇ ਨੇ ਕਿ ਭਾਜੀ ਤੁਸੀਂ ਓਵਰ ਸਪੀਡ ਆਈ ਆ, ਤੁਸੀਂ ਸਿੱਧੀ ਗੱਡੀ ਮੰਨ ਲਈ। ਅਤੇ ਬੰਦੇ ਠੀਕ ਆ ਆਪਣੇ ਸਾਰੇ? ਬੰਦੇ ਸਾਰੇ ਠੀਕ ਆ ਭਾਜੀ, ਬੰਦਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਹਾਂਜੀ, ਠੀਕ ਹੈ, ਬਾਕੀ ਬੰਦੇ ਸਾਰੇ ਸੈੱਟ ਨੇ, ਠੀਕ ਹੈ। ਸਰ ਹੁਣ ਇਹ ਹੈ ਕਿ ਇੱਧਰੋਂ ਨਿਕਲੇ ਨੇ ਓਵਰਟੇਕ, ਇੱਕ ਤਾਂ ਮੈਨੂੰ ਓਵਰਟੇਕ ਕੀਤਾ ਗਿਆ ਸਾਹਮਣੇ ਫਰੰਟ ਤੋਂ ਆ ਗਏ, ਹੋਰ ਸਿੰਗਲ ਰੋਡ, ਇਹਨਾਂ ਨੂੰ ਵੀ ਪਤਾ ਕਿ ਓਵਰਟੇਕ ਵਾਲਾ ਰੋਡ ਹੈ ਨਹੀਂ ਇਹ। ਠੀਕ, ਉੱਧਰ ਦੂਸਰੀ ਗੱਡੀ ਦੇ ਚਾਲਕ ਪ੍ਰੇਮ ਕੁਮਾਰ ਨੇ ਕਿਹਾ ਕਿ ਉਹ ਪੀ ਨਿਗਾਹੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਉਸ ਗੱਡੀ ਦੇ ਚਾਲਕ ਨੇ ਉਹਨਾਂ ਦੀ ਗੱਡੀ ਵਿੱਚ ਲਿਆ ਕੇ ਟੱਕਰ ਮਾਰ ਦਿੱਤੀ। ਫਿਲਹਾਲ ਹਾਦਸੇ ਤੋਂ ਬਾਅਦ ਜਿੱਥੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਉੱਥੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ। ਉਹ ਜਿਹੜੇ ਬੰਦੇ ਨੇ ਜਿੱਦਾਂ ਉੱਧਰ ਗੱਡੀ ਮਾਰੀ ਜਾ ਕੇ ਤੇ ਗੱਡੀ ਘੁੰਮ ਕੇ ਇੱਧਰ ਆ ਸਾਡੇ ਵਾਲੀ। ਤੇ ਕਿਹੜੇ ਕਿਹੜੇ ਵਿੱਚ ਹੋਇਆ ਐਕਸੀਡੈਂਟ? ਹੈ ਕਿਹੜੀ ਕਿਹੜੀ ਗੱਡੀ ਵਿੱਚ ਹੋਇਆ ਐਕਸੀਡੈਂਟ? ਆਪਣੀ ਗੱਡੀ 'ਚ ਮਾਰਿਆ ਉਹਨੇ। ਗੱਡੀ ਦਾ ਨਾਮ ਕੀ ਹੈ ਜੀ? ਗੱਡੀ ਹੈਗੀ I20। ਤੇ ਉਹ ਗੱਡੀ ਕਿਹੜੀ ਹੈ ਜੀ? ਮੋਟਰ ਨਹੀਂ ਪਤਾ ਕਿਹਦੀ ਗੱਡੀ ਆ ਉਹ। ਤੇ ਬੰਦੇ ਠੀਕ ਠਾਕ ਆ? ਆਪਣੀ ਸਵਾਰੀ ਠੀਕ ਆ? ਸਾਰੇ ਕੋਈ ਚੱਕਰ ਸਾਰਾ ਠੀਕ ਆ।